ਹਿਮਾਚਲ ਦੇ ਵਿੱਚ ਸਿਆਸੀ ਪਾਰਾ ਫਿਰ ਹਾਈ ਹੁੰਦਾ ਨਜ਼ਰ ਆ ਰਿਹਾ। ਵਿਕਰਮਾਦਿੱਤਿਆ ਸਿੰਘ ਨੇ ਸੋਸ਼ਲ ਮੀਡੀਆ ਤੋਂ ਦੱਸ ਦਈਏ ਕਿ ਕਾਂਗਰਸ ਹਟਾ ਦਿੱਤਾ, ਟਵਿੱਟਰ ਅਤੇ ਫੇਸਬੁੱਕ ਤੋਂ ਕਾਂਗਰਸ ਦਾ ਟੈਗ ਹਟਾਇਆ ਹੈ। ਵਿਕਰਮਾਦਿੱਤਿਆ ਨੇ ਸਿਰਫ ਹਿਮਾਚਲ ਦਾ ਸੇਵਕ ਲਿਖਿਆ ਹੈ ਔਰ ਵਿਕਰਮਾਦਿੱਤਿਆ ਦੇ ਕਾਂਗਰਸ ਛੱਡਣ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਤੇਜ਼ ਹੋ ਗਈਆਂ ਨੇ। ਤਾਂ ਕੱਲ੍ਹ ਕਾਂਗਰਸ ਦੇ ਬਾਗੀ ਵਿਧਾਇਕਾਂ ਨੂੰ ਮਿਲੇ ਸਨ ਵਿਕਰਮਾਦਿੱਤਿਆ ਔਰ ਪੰਚਕੁਲਾ ਦੇ ਵਿੱਚ ਮੁਲਾਕਾਤ ਹੋਈ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜ਼ਿਕਰਯੋਗ ਹੈ ਕਿ ਵਿਕਰਮਾਦਿੱਤਿਆ ਆਪਣਾ ਅਸਤੀਫਾ ਜਿਹੜਾ ਹੈ ਉਹ ਪੇਸ਼ ਕਰ ਚੁੱਕੇ ਨੇ, ਦੇ ਚੁੱਕੇ ਨੇ। ਐਜ਼ ਅ ਕੈਬਨਿਟ ਦੇ ਅਹੁਦੇ ਤੋਂ ਉਹਨਾਂ ਦੇ ਵੱਲੋਂ ਰਿਜ਼ਾਈਨ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਉਸ ਨੂੰ ਲੈ ਕੇ ਵੀ ਇਹ ਚਰਚਾਵਾਂ ਸਨ। ਉਹਨਾਂ ਨੇ ਕਿਹਾ ਸੀ ਕਿ ਉਹ ਦਬਾਅ ਨਹੀਂ ਬਣਾਉਣਗੇ ਮੁੱਖ ਮੰਤਰੀ 'ਤੇ ਕਿ ਅਸਤੀਫਾ ਜਿਹੜਾ ਹੈ ਮਨਜ਼ੂਰ ਕੀਤਾ ਜਾਵੇ। ਤਾਂ ਇਹ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ, ਕਾਂਗਰਸ ਹਟਾਇਆ ਗਿਆ ਹੈ, ਹਿਮਾਚਲ ਦਾ ਸੇਵਕ ਲਿਖਿਆ ਗਿਆ ਹੈ ਵਿਕਰਮਾਦਿੱਤਿਆ ਸਿੰਘ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ। ਤਾਂ ਕੁੱਲ ਮਿਲਾ ਕੇ ਇੱਕ ਸਾਈਨ ਦਿੱਤਾ ਜਾ ਰਿਹਾ, ਇੱਕ ਇੰਡੀਕੇਸ਼ਨ ਹੈ ਉਹਨਾਂ ਦੇ ਵੱਲੋਂ ਕਿ ਆਖਰਕਾਰ ਕਿਸ ਤਰੀਕੇ ਦੀ ਨਾਰਾਜ਼ਗੀ ਜਿਹੜੀ ਹੈ ਉਹ ਇਸ ਵੇਲੇ ਕਰਕੇ ਬੈਠੇ ਹੋਏ ਨੇ ਆਪਣੀ ਪਾਰਟੀ ਦੇ ਨਾਲ। ਉਧਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਤੇ ਜਾਖੜ ਦਾ ਬਿਆਨ ਆਇਆ ਹੈ, ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਲੋਕਾਂ ਦੀ ਭਾਵਨਾ ਹੈ। ਤਾਂ ਉਹ ਕਹਿ ਰਹੇ ਨੇ ਕਿ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਰਲ ਕੇ ਚੋਣ ਲੜਨ। ਤਾਂ ਲੋਕ ਚਾਹੁੰਦੇ ਨੇ ਪੰਜਾਬ ਦੇ ਨਾਲ ਹੋ ਰਹੀ ਠੱਗੀ ਨੂੰ ਠੱਲ ਪਵੇ ਔਰ ਮੇਰੀ ਇਸ ਮਸਲੇ ਤੇ ਕੋਈ ਮੀਟਿੰਗ ਨਹੀਂ ਹੋਈ। ਉਹਨਾਂ ਨੇ ਵੀ ਕਿਹਾ ਹੈ ਨਾ ਹੀ ਹਾਈਕਮਾਂਡ ਨੇ ਸਾਡੇ ਤੋਂ ਕੋਈ ਵੀ ਸਲਾਹ ਮੰਗੀ ਹੈ। ਤਾਂ ਗੱਠਜੋੜ ਦੇ ਵਿੱਚ ਕੀ ਅਰਚਨਾ ਨੇ ਮੈਨੂੰ ਨਹੀਂ ਪਤਾ, ਇਹ ਵੀ ਸੁਨੀਲ ਜਾਖੜ ਨੇ ਕਿਹਾ ਹੈ। ਸੁਨੀਲ ਜਾਖੜ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ, ਇਸ ਤੋਂ ਪਹਿਲਾਂ ਕਾਂਗਰਸ ਦੇ ਵੱਡੇ ਆਗੂ ਰਹੇ ਨੇ ਔਰ ਕੁੱਲ ਮਿਲਾ ਕੇ ਜਿਸ ਤਰੀਕੇ ਦੇ ਨਾਲ ਹਮੇਸ਼ਾ ਤੋਂ ਕਾਂਗਰਸ ਅਤੇ ਅਕਾਲੀ ਦਲ ਦੀ ਟੱਸਲ ਜਿਹੜੀ ਹੈ ਔਰ ਮੁੱਖ ਵਿਰੋਧੀ ਪਾਰਟੀ ਕਦੇ ਸੱਤਾ ਦੇ ਵਿੱਚ ਕਦੇ ਵਿਰੋਧੀ ਪਾਰਟੀ ਇਸ ਤਰੀਕੇ ਦੇ ਨਾਲ ਰਹੀਆਂ ਨੇ, ਪਰ ਹੁਣ ਜਾਖੜ ਦਾ ਇਹ ਬਿਆਨ ਬੇਹੱਦ ਅਹਿਮ ਹੈ। ਪਰਦੇ ਦੇ ਪਿੱਛੇ ਦੀ ਗੱਲ ਦਾ ਤਾਂ ਮੈਨੂੰ ਪਤਾ ਨਹੀਂ ਪੰਕਜ ਜੀ, ਮੈਂ ਜਿਹੜੀ ਸਾਹਮਣੇ ਗੱਲ ਹੈ, ਮੇਰਾ ਮੰਨਣਾ ਹੈ ਵੀ ਕੋਈ ਵੀ ਅਲਾਇੰਸ ਜਾਂ ਸਮਝੌਤਾ ਦੋ ਪਾਰਟੀਆਂ ਦੇ ਵਿੱਚ ਹੁੰਦਾ ਅਤੇ ਇਕੱਲੇ ਹੱਥ ਤੱਤਲੀ ਵੱਜਦੀ ਨਹੀਂ। ਮੇਰੀ ਕੋਈ ਮੀਟਿੰਗ ਅੱਜ ਤਾਈਂ ਕਿਸੇ ਇਸ ਮਸਲੇ 'ਚ ਨਹੀਂ ਹੋਈ, ਨਾ ਹੀ ਅਤੇ ਕੇਂਦਰ ਨੇ ਕੋਈ ਸਾਡੇ ਤੋਂ ਰਾਏ ਮੰਗੀ। ਆਹ ਜਿਹੜੀ ਗੱਲ ਹੈ ਨਾ ਕੋਈ ਅੱਜ ਤੋਂ ਨਹੀਂ ਚੱਲ ਰਹੀ, ਆਹ ਜਿੱਦਣ ਦਾ ਤੋੜ ਵਿਛੋੜ ਹੋਇਆ ਆਪਣੇ ਬੀਜੇਪੀ ਦਾ ਅਤੇ ਅਕਾਲੀ ਦਲ ਦਾ, ਉਸੇ ਦਿਨ ਤੋਂ ਹੈ ਵੀ ਲੋਕਾਂ ਦੀ ਇੱਕ ਭਾਵਨਾ ਹੈ ਵੀ ਇਕੱਠੇ ਹੋ ਕੇ ਲੜਨ, ਤਾਂ ਆਹ ਜਿਹੜੀ ਪੰਜਾਬ ਦੇ ਨਾਲ ਠੱਗੀ ਹੋ ਰਹੀ ਹੈ ਇਹਦੇ 'ਤੇ ਠੱਲ ਲਾਈ ਜਾ ਸਕਦੀ ਹੈ। ਲੋਕਾਂ ਦੀ ਭਾਵਨਾ ਹੈ ਇਹਦੇ ਵਿੱਚ, ਹੁਣ ਕੀ ਅੜਚਨਾ ਹੈ ਕੀ ਹੈ ਉਹ ਤਾਂ ਜਿੱਥੇ ਕੋਈ ਅਗਰ ਗੱਲਬਾਤ ਹੈ ਉਹਨਾਂ ਨੂੰ ਪਤਾ ਲੱਗੇ, ਪਰ ਮੇਰੇ ਲੈਵਲ 'ਤੇ ਇਸ ਕਿਸਮ ਦੀ ਜੇ ਕੋਈ ਨਾ ਤਾਂ ਮੇਰੀ ਜਾਣਕਾਰੀ ਦੇ ਅੰਦਰ ਹੈ ਅਤੇ ਨਾ ਹੀ ਮੈਨੂੰ ਕਿਸੇ ਇਸ ਕਿਸਮ ਦੇ। ਤਾਂ ਫਿਲਹਾਲ ਦਿੱਲੀ ਕੂਚ ਦਾ ਪਲਾਨ ਕਿਸਾਨਾਂ ਨੇ ਟਾਲਿਆ ਹੈ। ਹਰਿਆਣਾ ਦੇ ਬਾਰਡਰਾਂ 'ਤੇ ਇਸੇ ਤਰੀਕੇ ਦੇ ਨਾਲ ਕਿਸਾਨ ਡਟੇ ਰਹਿਣਗੇ। ਉਹਨਾਂ ਦਾ ਕਹਿਣਾ ਹੈ ਪੰਜਾਬ ਦੇ ਵਿਚਲੇ ਮੋਰਚੇ ਮਜ਼ਬੂਤ ਕਰਨ ਦਾ ਫੈਸਲਾ ਲਿਆ ਗਿਆ, ਦਿੱਲੀ ਨੂੰ ਜਾਂਦੇ ਹੋਰ ਰਾਹ 'ਤੇ ਵੀ ਮੋਰਚਾ ਲਗਾਵਾਂਗੇ ਔਰ ਲਾਉਣ ਦੀ ਤਿਆਰੀ ਹੈ। ਤਾਂ ਡੱਬਵਾਲੀ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਹੈ। 3 ਮਾਰਚ ਤੋਂ ਬਾਅਦ ਦੱਸਦੇ ਕਿ ਅਗਲੇ ਫੈਸਲੇ ਦੀ ਸੰਭਾਵਨਾ ਹੈ। 3 ਮਾਰਚ ਨੂੰ ਸ਼ੁਭ ਕਰਨ ਦਾ ਭੋਗ ਪਾਇਆ ਜਾਵੇਗਾ, ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਰੱਖ ਦਿੱਤੇ ਗਏ ਨੇ, ਤਾਂ ਜਿਸ ਤੋਂ ਬਾਅਦ ਭੋਗ ਪਾਇਆ ਜਾਵੇਗਾ 3 ਮਾਰਚ ਨੂੰ, ਔਰ ਉਸ ਤੋਂ ਬਾਅਦ ਹੋਰ ਜਿਹੜੇ ਫੈਸਲੇ ਨੇ ਅੱਗੇ ਕੀਤੇ ਜਾਣਗੇ। ਕਿ ਅਸੀਂ ਉਦੋਂ ਦਿੱਲੀ ਜਾਵਾਂਗੇ ਜਦੋਂ ਸਰਕਾਰ ਇਸ ਜ਼ਬਰ ਤੋਂ ਵਾਪਸ ਮੁੜੂਗੀ। ਅਸੀਂ ਬਾਰਡਰਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈਗਾ ਕਿ ਜਿਸ ਤਰ੍ਹਾਂ 2 ਖਨੌਰੀ ਅਤੇ ਸੰਭੂ ਬਾਰਡਰ 'ਤੇ ਕਿਸਾਨ ਡਟੇ ਹੋਏ ਹੈ, ਇਸੇ ਤਰ੍ਹਾਂ ਹੀ ਅਸੀਂ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਹੋਰ ਦਿੱਲੀ ਨੂੰ ਆਉਂਦੇ ਰਸਤੇ ਹੈ, ਬਾਰਡਰ ਹੈ, ਉਹਨੂੰ ਵਧਾਉਣ ਦਾ ਫੈਸਲਾ ਲਿਆ ਹੈਗਾ ਦੋਨੋਂ ਮੋਰਚਿਆਂ ਨੇ। ਉਹਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ 3 ਤਰੀਕ ਨੂੰ ਜਿਹੜਾ ਭੋਗ ਸਮਾਗਮ ਹੈ ਸ਼ੁਭਕਰਨ ਸਿੰਘ ਦਾ
ਉਸ ਤੋਂ ਬਾਅਦ ਡੱਬ ਵਾਲੀ ਬਾਰਡਰ ਤੋਂ ਅਸੀਂ ਬਾਰਡਰਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈਗਾ, ਜਿਹ 'ਚ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਉਹ ਉਹਨਾਂ ਬਾਰਡਰਾਂ 'ਤੇ ਜਿਵੇਂ ਇੱਥੇ ਕਿਸਾਨ ਬੈਠੇ ਹੈ ਉੱਥੇ ਜੇ ਸਰਕਾਰ ਉਹਨਾਂ ਨੂੰ ਰੋਕੂਗੀ ਤਾਂ ਉੱਥੇ ਰੋਕਣਗੇ, ਫੈਸਲਾ ਜਦੋਂ ਅਗਲਾ ਕੋਈ ਐਲਾਨ ਹੋਊਗਾ ਤਾਂ ਉਹ ਇੱਕੋ ਦਮ ਸਾਰੇ ਥਾਵਾਂ 'ਤੇ ਹੋ ਸਕਦਾ ਹੈ। ਪਰਸੋਂ ਜਿਹੜਾ ਸ਼ੁਭਕਰਮ ਦਾ ਭੋਗ ਹੈ ਉੱਥੇ ਜਨਤਕ ਇਕੱਠ ਹੋਏਗਾ ਵੱਡਾ, ਔਰ ਉਸ ਇਕੱਠ ਦੇ ਵਿੱਚ ਜਿਹੜੇ ਅਗਲੀਆਂ ਕੌਲਾਂ ਹੈਗੀਆਂ ਉਹਦੇ ਬਾਰੇ ਉਹ ਜਨਤਕ ਇਕੱਠ ਦੇ ਵਿੱਚ ਦੱਸਿਆ ਜਾਏਗਾ ਤਾਂ ਕਿ ਉੱਥੇ ਭਰਮਾ ਇਕੱਠ ਹੋਊਗਾ ਅਤੇ ਉਹ ਪ੍ਰਭਾਵਸ਼ਾਲੀ ਹੋਵੇ।